ਲੋ ਪੂਨੇ ਦੀ ਇੱਕ ਹੋਰ ਵੀਡੀਓ ਲੈ ਕੇ ਹਾਜ਼ਰਾਂ ਤੇ ਇੱਕ ਵੀਡੀਓ ਆਪਾਂ ਇਥੋਂ ਦੇ ਡਰੋਨ ਡਰਾਨਾਂ ਸ਼ਾਟ ਲਏ ਹੋਇਆ ਉਹ ਹੋਰ ਪਾਵਾਂਗੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਘੋੜਾ ਦਿਖਾ ਰਿਹਾ ਪ੍ਰਧਾਨ ਪ੍ਰਧਾਨ ਘੋੜਾ ਜਿਹੜਾ ਹੈਗਾ ਸੂਰਿਆ ਘੋੜੇ ਦਾ ਬੱਚਾ ਹੈ ਤੇ ਹੰਸ ਰਾਜ ਬਰਖਾਣਾ ਘੋੜੇ ਦਾ ਪੋਤਰਾ ਹੈ ਇਹ 64 ਇੰਚ ਹਾਈਟ ਦਾ ਘੋੜਾ ਹੈ ਇਹ ਬਹੁਤ ਖੁੱਲਾ ਘੋੜਾ ਹੈ ਇਹਦਾ ਨਾਂ ਹੀ ਪ੍ਰਧਾਨ ਆ ਅਸਲ ਦੇ ਵਿੱਚ ਤਾਂ ਇਹਦਾ ਨਾਂ ਪਲਵਾਨ ਹੋਣਾ ਚਾਹੀਦਾ ਸੀ ਜਿਹੜੇ ਹਸਾਬ ਨਾਲ ਇਹ ਅੰਗਾਂ ਪੈਰਾਂ ਦਾ ਖੁੱਲ ਹੈ ਜਿਹੜੇ ਹਸਾਬ ਨਾਲ ਦਾਤੇ ਨੇ ਇਹਨੂੰ ਸਮਾਨ ਦਿੱਤਾ ਹੈ ਬਾਕੀ ਤੁਹਾਨੂੰ ਕੋਸ਼ਣ ਨਮੂਨੇ ਨਾ ਫਾਰਮ ਦੇ ਹੋਰ ਵੀ ਦਿਖਾਉਣੇ ਆ ਸਚਨ ਦੇ ਫਾਰਮ ਤੇ ਬਹੁਤ ਜਾਨਵਰਾ ਚਾਰ ਪੰਜ ਤਾਂ ਆਪਾਂ ਵਿਖਾਤੇ ਸੀ ਪਿਛਲੀ ਵੀਡੀਓ ਚ ਤੇ ਪੰਜ ਸੱਤ ਤੁਹਾਨੂੰ ਹੋਰ ਨਮੂਨੇ ਵੀ ਦਿਖਾਉਂਗਾ ਗੱਲ ਕਰ ਦੈਨ ਟੈਗ ਪਿਆ ਜਾਨਵਰ 37 38 ਆ ਕਿ ਇਸ ਤਰ੍ਹਾਂ ਦੀ ਕਲੈਕਸ਼ਨ ਕੀਤੀ ਹੋਈ ਆ ਸਚਨ ਹੋਣਾ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਸੱਜਣੋ ਆ ਘੋੜੇ ਦੀ ਫੀਸ 51000 ਰੁਪਇਆ ਤੇ ਇਹ ਨਾ ਐਨੀ ਗੱਲ ਛੂਆ ਛਾਂ ਦੇ ਵਿੱਚ ਵੀ ਇਹਨੇ ਘੋੜੇ ਨੇ ਧੱਕ ਪਾਈ ਆ ਇਹ ਘੋੜਾ ਗੁਜਰਾਤ 2022 ਦੇ ਵਿੱਚ ਸ਼ੋਅ ਦੇ ਵਿੱਚ ਜੇਤੂ ਬਣਿਆ ਇਸ ਸਾਰੰਖੇੜੇ ਚ 2021 ਦੇ ਵਿੱਚ ਵਿੱਚ ਜੇਤੂ ਬਣਿਆ ਇਹ ਮਿਲਕ ਟੀਥ ਕੈਟਾਗਰੀ ਦੇ ਵਿੱਚ ਵੀ ਸਾਢੇ 4 ਸਾਲ ਇਸ ਘੋੜੇ ਦੀ ਉਮਰ ਹੈ ਠੀਕ ਹੈ ਕਿ ਨਹੀਂ ਸਾਢੇ 4 ਸਾਲਾਂ ਦਾ ਇਹ ਘੋੜਾ ਹੋ ਗਿਆ ਤੁਹਾਨੂੰ ਮੈਂ ਦਿਖਾਉਣਾ ਇਹਦੇ ਹੱਡ ਪੈਰ ਤੁਸੀਂ ਵੇਖੋਗੇ ਬਈ ਤਾਤੇ ਨੇ ਜਿਹੜਾ ਸਮਾਨ ਲਾਇਆ ਇਹਨੂੰ ਬਈ ਬੜੇ ਖੁੱਲੇ ਦਿਲ ਨਾਲ ਲਾਇਆ ਦੇਖੋ ਨਿਗਾਹ ਮਾਰਿਓ ਇਹਦੇ ਪੈਰਾਂ ਪੂਰਾ ਵਾਲੇ ਪਾਸੇ ਤੇ ਤੁਹਾਨੂੰ ਪਤਾ ਲੱਗੂਗਾ ਬਹੁਤ ਵੀਡੀਓ ਦੇ ਵਿੱਚ ਤਾਂ ਹੋ ਸਕਦਾ ਹੈ ਵੀ ਤੁਸੀਂ ਸਮਝ ਤਾਂ ਲਓ ਖੈਰ ਇਹ ਜਿਵੇਂ ਗੱਲ ਪ੍ਰੀਤ ਕਸਰ ਤਾਂ ਕੋਈ ਛੜਦਾ ਨਹੀਂ ਹੁੰਦਾ ਤੇ ਦੂਜੀ ਗੱਲ ਮੈਂ ਪਿਛਲੀ ਵੀਡੀਓ ਦੇ ਥੱਲੇ ਕਮੈਂਟ ਪੜ੍ਹ ਰਿਹਾ ਸੀ ਤਾਂ ਲੋਕ ਕਹ ਰਹੇ ਸੀ ਕਿ ਆਹ ਵੀਡੀਓ ਕੋਸ ਅਲੱਗ ਕੈਮਰਿਆਂ ਨਾਲ ਕੀਤੀ ਹੈ ਅਸਲ ਦੇ ਵਿੱਚ ਅਲੱਗ ਕੈਮਰਿਆਂ ਨਾਲ ਨਹੀਂ ਕੀਤੀ ਬਾਈ ਆਪਾਂ ਵਾਤਾਵਰਣ ਵਾਲਾ ਖਰਾਬ ਕਰ ਲਿਆ ਆਪਣੇ ਉਹੀ ਕੈਮਰੇ ਉਹਨਾਂ ਕੰਮ ਨਹੀਂ ਕਰਦੇ ਜਿੰਨੇ ਕੈਮਰੇ ਉਥੇ ਪੂਨੇ ਦਰਖਤਾਂ ਦਰੁਖਤਾਂ ਦਾ ਕਰਕੇ ਪਹਾੜਾਂ ਦਾ ਕਰਕੇ ਵਾਤਾਵਰਨ ਸਾਫ਼ ਕਰਕੇ ਜਿੰਨਾ ਕੰਮ ਕਰਦੇ ਆ ਤਾਂ ਇਹ ਜਿਹੜਾ ਫਰਕ ਤੁਹਾਨੂੰ ਮਹਿਸੂਸ ਹੁੰਦਾ ਨਾ ਵੀਡੀਓ ਦੇ ਵਿੱਚ ਕੁਆਲਿਟੀ ਦੇ ਵਿੱਚ ਉਹ ਅਸਲ ਦੇ ਵਿੱਚ ਉਥੋਂ ਦੇ ਵਾਤਾਵਰਨ ਦਾ ਸਾਡੀ ਕਲਾਕਾਰੀ ਦਾ ਇਹ ਨਹੀਂ ਕਹਿ ਸਕਦੇ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਡਰੋਨ ਨਾਲ ਸ਼ਾਟ ਲਾ ਕੇ ਦਿਖਾਉਂਗਾ ਕਿ ਇੱਥੋਂ ਦਾ ਜਿਹੜਾ ਵਾਤਾਵਰਨ ਆ ਉਹ ਕਿਹੋ ਜਿਹਾ ਇੱਥੇ ਕਿੰਨੇ ਦਰਖਤਾਂ ਰੋਖੇ ਤੁਸੀਂ ਨਾਲ ਦੀ ਨਾਲ ਘੋੜੇ ਤੇ ਨਿਗਾਹ ਮਾਰਦੇ ਰਹੋ ਤੇ ਦਰੋਣੇ ਘੋੜੇ ਨੂੰ ਤੁਹਾਡਾ ਜਿਹੜਾ ਰਿਸਪੌਂਸ ਸੀਗਾ ਉਹ ਬਹੁਤ ਗ੍ਰੇਟ ਸੀ ਤੇ ਸਚਨ ਬਾਈ ਬਹੁਤ ਖੁਸ਼ ਹੈ ਬੜਾ ਉਹਨੂੰ ਆਨੰਦ ਆਇਆ ਮੈਨੂੰ ਵਾਰ-ਵਾਰ ਉਹਨਾਂ ਨੇ ਵਿਊਰਾਂ ਲਈ ਥੈਂਕ ਯੂ ਕਿਹਾ ਵੀ ਸਗਜਿੰਦਰ ਅਗਲੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰੇ ਵਿਊਰਾਂ ਦਾ ਥੈਂਕ ਯੂ ਕਰਨਾ ਜਿਨ੍ਹਾਂ ਨੇ ਵੀਡੀਓ ਦੇਖ ਕੇ ਸ਼ੇਅਰ ਕੀਤੀ ਤੇ ਉਹਨੂੰ ਸਚਨ ਨੂੰ ਬਾਈ ਨੂੰ ਫੋਨ ਲਾਏ ਉਦੇਲੇਵੀਓ ਨੇ ਧੰਨਵਾਦ ਕੀਤਾ ਤੇ ਜਾਨਵਰ ਰੁਕੇ ਰਹੋ ਜਾਨਵਰ 7.5 ਮਿੰਟ ਦੀ 8 ਮਿੰਟ ਦੀ ਵੀਡੀਓ ਆ ਤੁਹਾਨੂੰ ਆ ਘੋੜੇ ਦੀ ਇੱਕ ਝਲਕ ਹੋਰ ਦਿਖਾਉਣੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਜਾਨਵਰ ਦਿਖਾਉਣੇ ਆ ਜੇ ਇਹ ਤੋਂ ਸਟੱਡ ਸਰਵਿਸ ਤੁਹਾਨੂੰ ਚਾਹੀਦੀ ਹੋਈ ਨਾ ਵੀ ਤੁਹਾਨੂੰ ਲੋਡ ਹੋਈ ਤਾਂ ਇਹ ਤੋਂ ਵੀ ਸਟੱਡ ਸਰਵਿਸ ਲੈ ਸਕਦੇ ਆ 51000 ਫੀਸ ਆ ਦਰੋਣੇ ਦੀ ਫੀਸ ਤਾਂ ਮੇਰੇ ਖਿਆਲ 75000 ਆ ਇਹਦੀ 51 ਤੇ ਆ ਆ ਦੇਖੋ ਨਿਗਾ ਮਾਰੇ ਉਹ ਲੈ ਇਸ ਤਰ੍ਹਾਂ ਦੀਆਂ ਘੋੜੀਆਂ ਸਜਣ ਕੋਲੇ ਆ ਵੇਖੋ ਸਚਨਾ ਮੈਂ ਗੱਲਾਂ ਕਰਦਾ ਸੀ ਮੈਂ ਕਿਹਾ ਬਾਈ ਵਿੱਕੀ ਵੇਖਦੇ ਹੁੰਨੇ ਆ ਘੋੜੀ ਲੈਣ ਲੱਗੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਵੇਖਦਾ ਮੈਂ ਘੋੜੀ ਲੈਣ ਲੱਗਾ ਵੇਖਦਾ ਹੁੰਨਾ ਕਿ ਘੋੜੀ ਕਿਹੋ ਜੀ ਆ ਦੂਜੇ ਨੰਬਰ ਤੇ ਮੈਂ ਖਾਨਦਾਨ ਦੇਖਦਾ ਤੇ ਤੀਜੇ ਨੰਬਰ ਤੇ ਮੈਂ ਪੈਸੇ ਕਿਤੇ ਵੇਖਿਆ ਹੀ ਨਹੀਂ ਠੀਕ ਆ ਕਿ ਨਹੀਂ ਉਹਦੇ ਜਾਨਵਰ ਲੈਣ ਲੱਗੇ ਆ ਸਚਨ ਕੋਲੇ ਹੈਗੀ ਆ ਮੇਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਘੋੜੇ ਦੀ ਗੈਰੀ ਵਾਲੇ ਪੰਜਾਬ ਘੋੜੇ ਦੀ ਬੱਚੀ ਆਹਾ ਮਤਲਬ ਪੰਜਾਬ ਦੇ ਕੀ ਭਾਰਤ ਦੇ ਨਾਮੀ ਘੋੜਿਆਂ ਦੀ ਜਿਹੜੀ ਬਰੀਡ ਹੈ ਉਹਨੂੰ ਇਕੱਠਾ ਵੀ ਕਰ ਰਹੇ ਆ ਤੇ ਅੱਜ ਕੱਲ ਬਰੀਡ ਪਹਿਲਾਂ ਤਾਂ ਮਤਲਬ ਖਰੀਦਦਾਰੀ ਕਰ ਰਹੇ ਸੀ ਪਰ ਖਰੀਦਦਾਰੀ ਦੇ ਨਾਲ ਨਾਲ ਅੱਜ ਕੱਲ ਬਰੀਡਿੰਗ ਵਾਲੇ ਪਾਸੇ ਵੀ ਚੰਗਾ ਧਿਆਨ ਦੇ ਰਹੇ ਆ ਮਤਲਬ ਕੱਲੀਆਂ ਨਸਲਾਂ ਖਰੀਦਣ ਤੇ ਹੀ ਨਹੀਂ ਧਿਆਨ ਦਿੱਤਾ ਹੋਇਆ ਅੱਜ ਕੱਲ ਨਸਲਾਂ ਪੈਦਾ ਕਰਨ ਤੇ ਵੀ ਧਿਆਨ ਦਿੱਤਾ ਹੋਇਆ ਆ ਫਿਰ ਤੁਹਾਨੂੰ ਬੱਚੇ ਦਿਖਾਉਣੇ ਬਣਦੇ ਸੀਗੇ ਕਿ ਸਚਨ ਦੇ ਫਾਰਮ ਤੇ ਆ ਜਿਹੜੇ ਬੱਚੇ ਵੀ ਪੈਦਾ ਹੋ ਰਿਹਾ ਉਹ ਕਿਹੋ ਜਿਹਾ ਹੋ ਰਿਹਾ ਪਰ ਪੰਜ ਚਾਰ ਤੁਹਾਨੂੰ ਘੋੜੀਆਂ ਕੁਝ ਨਮੂਨੇ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦੀਆਂ ਘੋੜੀਆਂ ਸਚਨ ਦੇ ਫਾਰਮ ਤੇ ਜਿਹੜੀਆਂ ਹੈਗੀਆਂ ਉਪਲਬਧ ਹੈਗੀਆਂ ਤੇ ਪਰ ਹਜੇ ਮੈਂ ਤੁਹਾਨੂੰ ਇੱਕ ਕਮਾਲ ਦੀ ਗੱਲ ਦੱਸਦਾ ਵੀ ਘੋੜਿਆਂ ਆਲਿਆਂ ਦੀ ਆਤਮਾ ਕਦੇ ਨਹੀਂ ਰਜਦੀ ਮੈਂ ਇਹ ਦੇਖ ਲਿਆ ਮੈਂ ਸਚਨ ਨੂੰ ਪੁੱਛਿਆ ਮੈਂ ਕਿਹਾ ਵੀ ਬਾਈ ਬਹੁਤ ਮਾਲਕ ਦੀ ਕਿਰਪਾ ਨਾਲ ਫਾਰਮ ਤੇ ਜਾਨਵਰ ਹੋ ਗਏ ਤਾਂ ਉਹ ਕਹਿੰਦਾ ਨਹੀਂ ਨਹੀਂ ਸਕਜੰਦਰ ਹਜੇ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਇੰਨੇ ਹੀ ਹੋਰ ਹੋਣਗੇ ਤਾਂ ਫਿਰ ਮੈਨੂੰ ਸੁਆਦ ਆਊਗਾ ਮਤਲਬ ਇੰਨੀ ਸ਼ਿੱਦਤ ਨਾਲ ਘੋੜਿਆਂ ਨੂੰ ਮੁਹੱਬਤ ਕਰਦਾ ਤੇ ਨਾਲ ਦੀ ਨਾਲ ਹੋਰ ਵੀ ਤੁਹਾਨੂੰ ਕੰਮ ਦੀ ਗੱਲ ਦੱਸਦਾ ਕਿ ਸਚਨ ਉਹਨਾਂ ਨੂੰ ਵੇਖ ਕੇ ਮਹਾਰਾਸ਼ਟਰ ਪੂਨੇ ਬੰਬੇ ਦੇ ਹੋਰ ਲੋਕ ਨਵੇਂ ਵਪਾਰੀ ਨਵੇਂ ਕਾਰੋਬਾਰੀ ਵੀ ਇਸ ਲਾਈਨ ਦੇ ਵਿੱਚ ਆ ਰਹੇ ਆ ਇਸ ਕਰਕੇ ਆਪਣੀ ਫੈਮਲੀ ਦੇ ਜਿਹੜੇ ਮੈਂਬਰ ਹਨ ਉਹ ਇਸ ਗੱਲ ਨੂੰ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ ਉਹ ਜਿਹੇ ਬੰਦੇ ਨੂੰ ਜਿਹੜਾ ਬੰਦਾ ਆਪਣੀ ਇੰਡਸਟਰੀ ਦੇ ਵਿੱਚ 4 ਰੁਪਏ ਤਕੜੇ ਬੰਦਿਆਂ ਨੂੰ ਕਮਾਉਣ ਵਾਲਿਆਂ ਨੂੰ ਲੈ ਕੇ ਆ ਰਿਹਾ ਹੋਵੇ ਤਾਂ ਸਚਨ ਵੀ ਉੱਥੋਂ ਬੰਬੇ ਨੇੜੇ ਬੈਠਾ ਫਿਰ ਉਹ ਪੂਨੇ ਦੇ ਵਿੱਚ ਤਾਂ ਉਹ ਵੀ ਮਤਲਬ ਇੱਕ ਇੱਕ ਜਾਨਵਰ ਦੇ ਕੇ ਦੋ ਦੋ ਦੇ ਕੇ ਜਾਂ ਆਪਣੇ ਦਿਖਾ ਕੇ ਜਾਨਵਰ ਲੈ ਕੇ ਆ ਰਿਹਾ ਹੈ ਇੰਡਸਟਰੀ ਦੇ ਵਿੱਚ ਆਪਣੀ ਦੇ ਵਿੱਚ ਨਵੇਂ ਭਰਤੀ ਹੋ ਰਹੀ ਹੈ ਤੇ ਤਕੜੇ ਬੰਦਿਆਂ ਦੀ ਆ ਰਹੀ ਹੈ ਤਾਂ ਅਖੀਰ ਨੂੰ ਤਕੜੇ ਬੰਦਿਆਂ ਦਾ ਪੈਸਾ ਜਿਹੜਾ ਉਹ ਸਰਕੂਲੇਟ ਹੋਣਾ ਹੁੰਦਾ ਤਾਂ ਉਹ ਹੇਠਲੇ ਆਪਣੇ ਕਿਸਾਨਾਂ ਚ ਸਰਕੂਲੇਟ ਹੋਣਾ ਹੁੰਦਾ ਤੇ ਆਹ ਘੂੜੀਆਂ ਨਿਗਾ ਮਾਰੀ ਜਾਓ ਵੀ ਆਹ ਇਸ ਤਰ੍ਹਾਂ ਦੀਆਂ ਘੂੜੀਆਂ ਦੀ ਕਲੈਕਸ਼ਨ ਹੈ ਜਿਹੜੀ ਸਚਨ ਨੇ ਕੀਤੀ ਆ ਪਰ ਜੇ ਤੁਸੀਂ ਜ਼ਿਆਦਾਤਰ ਇਹ ਘੋੜੀਆਂ ਦੀ ਗੱਲ ਕਰوں ਤਾਂ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਊਗਾ ਇਹ ਜ਼ਿਆਦਾਤਰ ਜਿਹੜੇ ਹੈਗੀਆਂ ਨਸਲਾਂ ਐ ਉਹ ਪੰਜਾਬ ਦੇ ਵਿੱਚੋਂ ਹੀ ਜਾਂ ਪੰਜਾਬ ਦੇ ਘੋੜਿਆਂ ਨਾਲ ਸੰਬੰਧ ਰੱਖਦੀਆਂ ਜਾਂ ਪੰਜਾਬ ਦੇ ਵਿੱਚੋਂ ਹੀ ਪਰਚੇਜ ਕੀਤੀਆਂ ਗਈਆਂ ਮਤਲਬ ਜ਼ਿਆਦਾ ਉਹਨਾਂ ਨੇ ਪੰਜਾਬ ਦੇ ਵਿੱਚੋਂ ਪੈਦਾ ਹੋਈ ਨਸਲ ਨੂੰ ਤਰਜੀਹ ਵੀ ਦਿੱਤੀ ਐ ਤੇ ਪੰਜਾਬ ਦੇ ਕਿਸਾਨਾਂ ਦਾ ਸਪੈਸ਼ਲ ਸਚਨ ਬਾਈ ਤੇ ਪੰਜਾਬ ਦੇ ਜਾਨਵਰਾਂ ਦਾ ਫੈਨ ਵੀ ਆ ਉਹ ਅਕਸਰ ਹੀ ਗੱਲ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਵਿੱਚ ਜੋ ਪੈਦਾ ਹੋ ਸਕਦਾ ਉਹ ਨੂੰ ਹੋਰ ਦੁਨੀਆ ਤੇ ਕਿਤੇ ਪੈਦਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਆਪਣੇ ਲਈ ਬੜਾਈ ਮਾਣ ਦੀ ਗੱਲ ਆ ਸਜਣੂ ਆ ਜਾਨਵਰ ਆ ਲਾਸਟ ਤੱਕ ਤੁਹਾਨੂੰ 7 ਮਿੰਟ ਤੇ 50 ਸਕਿੰਟ ਦੀ ਵੀਡੀਓ ਆ ਸਾਰੀ ਵੇਖੀ ਜਾਓ ਤੇ ਨਾਲ ਦੀ ਨਾਲ ਸਚਨ ਬਾਈ ਨੂੰ ਫੋਨ ਲਾ ਕੇ ਜਾਂ ਮੈਸੇਜ ਕਰਕੇ ਇਸ ਗੱਲ ਦੀ ਚੰਗੀ ਕਲੈਕਸ਼ਨ ਕਰਨ ਦੀ ਇੱਕ ਵਧਾਈ ਵੀ ਦਿਓ ਕਿ ਸਾਨੂੰ ਵੇਖਣ ਨੂੰ ਚੰਗੇ ਚੰਗੇ ਜਾਨਵਰ ਮਿਲੇ ਤੇ ਇੰਟਰਵਿਊ ਪਾ ਰਹੇ ਆ ਸਚਨ ਦੀ ਆਪਾਂ ਬਹੁਤ ਜਲਦੀ ਬਹੁਤ ਹੀ ਕਮਾਲ ਦੀਆਂ ਗੱਲਾਂ ਕੀਤੀਆਂ ਬਾਈ ਨੇ ਉਹ